ਬਲਕਾਰ ਸਿੰਘ ਜੀ। ਬਲਕਾਰ ਜੀ ਅੱਜ ਇੱਥੇ ਕੋਰਟ ਦੇ ਆਦੇਸ਼ਾਂ ਦੇ ਕਬਜ਼ਾ ਦਿਵਾਉਣ ਆਏ ਸੀਗੇ ਗੁਰਦੁਆਰੇ ਦਾ, ਕੀ ਕਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਜੀ, ਅਤੇ ਵੇਖੋ ਵੀ ਅਸੀਂ ਭਗਵੰਤ ਮਾਨ ਸਿੰਘ ਦੀ ਵੀ ਬੇਨਤੀ ਕਰਦੇ ਹਾਂ ਵੀ ਜੇ ਸਾਡੇ ਪਿਓ ਦੀ ਕੋਈ ਬੇਅਬਦੀ ਕਰੂੰਗੇ। ਇਹ ਅਸੀਂ ਬਾਬਾ ਜੀਵਨ ਸਿੰਘ ਦੀ ਲਾਦ ਹਾਂ, ਬਾਬਾ ਸ਼੍ਰੀ ਜੀਵਨ ਸਿੰਘ ਦੇ ਗੁਰਦੁਆਰੇ ਜੇ ਸਰੂਪ ਚੱਕੇ ਗਏ ਤਾਂ ਸਾਡੇ ਪਿਓ ਦੀ ਪੱਗ ਲੱਥ ਗਈ। ਅਸੀਂ ਭਗਵੰਤ ਸਾਹਿਬ ਨੂੰ ਇਹੀ ਕਹਿੰਦੇ ਹਾਂ ਵੀ ਮਿਹਰਬਾਨੀ ਕਰਕੇ ਛੇਤੀ ਤੋਂ ਛੇਤੀ ਸਾਡਾ ਫੈਸਲਾ ਕਰਾਵੇ, ਅਤੇ ਨਹੀਂ ਤਾਂ ਇੱਥੇ ਕਤਲ ਹੋਣਗੇ ਜੇ ਦੂਜੀ ਵਾਰ ਨੂੰ ਸਰੂਪ ਚੱਕਣ ਆਏ ਤਾਂ। ਆਰਡਰ ਲੱਖ ਹੋਣ ਜੀ, ਸਾਨੂੰ ਆਰਡਰਾਂ ਦਾ ਕੋਈ ਨਹੀਂ, ਅਸੀਂ ਗੁਰੂ ਦੀਆਂ ਫੌਜਾਂ ਡਰਦੇ ਨਹੀਂ ਕਿਸੇ ਆਰਡਰ ਤੋਂ, ਸਾਡੇ ਤਾਂ ਆਪਦੇ ਆਰਡਰ ਹੀ ਹੁੰਦੇ ਆ। ਉਦੋਂ ਕੋਈ ਆਰਡਰ ਸੀ ਜਦੋਂ ਸਾਡੇ ਪਿਤਾ ਜੀ ਲੜੇ ਸੀਗੇ ਬਾਬਾ ਜੀਵਨ ਸਾਹਿਬ ਜੀ, ਦੱਸੋ ਕੋਈ ਆਰਡਰ ਸੀਗਾ ਤਾਂ? ਚਲੋ ਠੀਕ ਹੈ ਬਾਬਾ ਜੀ, ਚੰਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅਜੇ ਵੀ ਕਹਿੰਦੇ ਹਾਂ ਵੀ ਭਗਵੰਤ ਮਾਨ ਨੂੰ ਬੇਨਤੀ ਕਰਦੇ ਵੀ ਛੇਤੀ ਤੋਂ ਛੇਤੀ ਸਾਡਾ ਫੈਸਲਾ ਕਰਾ ਦੇਵੇ। ਮੈਡਮ ਗੋਬਿੰਦ ਰਾਏ, ਗੋਬਿੰਦ ਰਾਏ ਸ਼ਰਮਾ ਵਕੀਲ ਹਾਂ ਮੈਂ। ਵਕੀਲ ਸਾਹਿਬ, ਕੋਈ ਪੁਜੈਸ਼ਨ ਲੈਣ ਆਏ ਹੋ? ਕਾਹਦਾ ਪੁਜੈਸ਼ਨ ਲੈਣ ਆਏ? ਇਹ ਪੁਜੈਸ਼ਨ ਮੇਰੇ ਪਿਤਾ ਜੀ ਨੇ ਨਾ 1983 ਦੇ ਵਿੱਚ ਸੈਂਟਰ ਗੌਰਮੈਂਟ ਦੀ ਪਬਲਿਕ ਆਕਸ਼ਨ ਦੇ ਵਿੱਚ, ਨਿਲਾਮੀ ਦੇ ਵਿੱਚ, ਓਪਨ ਨਿਲਾਮੀ ਦੇ ਵਿੱਚ ਇਹ ਜਗ੍ਹਾ ਲਈ ਸੀਗੀ, ਬੀਇੰਗ ਏ ਬਿਗੈਸਟ ਬਿਡਰ। ਉਦੋਂ ਬਾਅਦ ਇਹ ਥੋੜ੍ਹੇ ਕੁ ਸਾਲਾਂ ਬਾਅਦ ਸਾਨੂੰ ਕਬਜ਼ਾ ਵਗੈਰਾ ਵੀ ਦਿੱਤਾ। ਤਹਿਸੀਲਦਾਰ ਸਾਹਿਬ ਆਏ ਸੀਗੇ ਮੌਕੇ ਦੇ, ਹੋਰ 10-15 ਸਰਕਾਰੀ ਬੰਦੇ ਸੀਗੇ, ਕਾਨੂੰਗੋ ਵਗੈਰਾ ਸੀ, ਰੈਵਨਿਊ ਡਿਪਾਰਟਮੈਂਟ ਨਾਲ ਸੰਬੰਧਿਤ ਬੰਦੇ ਆਏ ਸੀ। ਉਹ ਥੋੜ੍ਹੇ ਕੁ ਦਿਨਾਂ ਬਾਅਦ ਇੱਟਾਂ ਵਗੈਰਾ ਜੋ ਸਟਾਈਆਂ, ਉਦੋਂ ਥੋੜ੍ਹੇ ਕੁ ਦਿਨਾਂ ਬਾਅਦ ਇੱਥੇ ਕਿਸੇ ਨੇ ਮੰਦਰ ਬਣਾ ਲਿਆ ਉੱਥੋਂ ਦੇ ਲੋਕਾਂ ਨੇ। ਅਸ਼ੋਕ ਕੁਮਾਰ ਵਰਸਸ ਬਲਵੰਤ ਰਾਏ, ਮੇਰੇ ਫਾਦਰ ਦੇ ਨਾਮ 'ਤੇ ਕੇਸ ਪਾਤਾ, ਉਹਦੇ ਵਿੱਚ ਅਸੀਂ ਕੇਸ ਜਿੱਤ ਕੇ ਥੋੜ੍ਹੇ ਸਾਲਾਂ ਬਾਅਦ ਫਿਰ ਉਹ 30 ਦਿਨਾਂ ਦੇ ਵਿੱਚ ਇਹਨਾਂ ਨੇ ਉੱਥੇ ਇੱਥੇ ਨਿਸ਼ਾਨ ਸਾਹਿਬ ਲਾ ਕੇ ਅਤੇ ਬਾਬਾ ਜੀ ਦੀ ਭੀੜ ਰੱਖ ਲਈ ਅੰਦਰ, ਅਤੇ ਗੁਰਦੁਆਰੇ ਦੇ ਨਾਮ 'ਤੇ ਅਮਰਜੀਤ ਸਿੰਘ ਵਰਸਸ ਬਲਵੰਤ ਰਾਏ ਦੇ ਨਾਮ ਦਾ ਕੇਸ ਫਾਈਲ ਕਰਤਾ ਗੁਰਦੁਆਰੇ ਦੇ ਨਾਮ 'ਤੇ, ਅਤੇ ਸਟੇਅ ਲੈ ਲਿਆ। ਉਦੋਂ ਬਾਅਦ ਫਰੀਦਕੋਟ ਸਾਹਿਬ ਕੇਸ ਚੱਲਿਆ, ਉਹ ਸਾਡੇ ਹੱਕ 'ਚ ਹੋ ਗਿਆ। ਫਿਰ ਇਹ ਅਪੀਲ 'ਚ ਗਏ, ਫਰੀਦਕੋਟ ਕੋਰਟ ਹੁੰਦੀ ਸੀ ਉਦੋਂ ਡਿਸਟ੍ਰਿਕਟ ਜੱਜ, ਉੱਥੇ ਬਹਿੰਦੇ ਸੀਗੇ। ਉਹ ਅਪੀਲ ਦੇ ਵਿੱਚ ਅਪੀਲ ਵੀ ਇਹਨਾਂ ਦੀ ਖਾਰਜ ਹੋ ਗਈ, ਉਹ ਸਾਡੇ ਹੱਕ 'ਚ ਹੋ ਗਈ। ਉਦੋਂ ਬਾਅਦ ਕਾਫੀ ਦੇਰ ਬਾਅਦ ਫਿਰ ਅਸੀਂ ਐਗਜੀਕਿਊਸ਼ਨ, ਪਹਿਲਾਂ ਤਾਂ ਅਸੀਂ ਕਰਦੇ ਰਹੇ ਰਿਕੁਐਸਟ ਵੀ, ਉਦੋਂ ਬਾਅਦ ਐਗਜੀਕਿਊਸ਼ਨ ਪਾਈ। ਐਗਜੀਕਿਊਸ਼ਨ ਚੱਲਦੇ ਦੌਰਾਨ ਇੱਥੇ ਉਸ ਵੇਲੇ ਦੇ ਜਥੇਦਾਰ ਤੋਤਾ ਸਿੰਘ ਐਜੂਕੇਸ਼ਨ ਮਿਨਿਸਟਰ ਸੀ, ਉਹ ਇੱਥੇ ਉਹਨਾਂ ਵੋਟਾਂ ਦਾ ਟਾਈਮ ਸੀਗਾ, ਅਤੇ ਉਹਨਾਂ ਨੇ ਕਿਤੇ ਇੱਥੇ ਸਾਡੀ ਜਗ੍ਹਾ ਦੇ ਕੁਝ ਹਿੱਸੇ 'ਤੇ ਸਕੂਲ ਬਣਾ ਦਾ, ਸਰਕਾਰੀ ਸਕੂਲ ਦੀ ਗ੍ਰਾਂਟ ਦੇ ਦਿੱਤੀ। ਉਦੋਂ ਬਾਅਦ ਥੋੜ੍ਹੀ ਜਗ੍ਹਾ 'ਤੇ ਜਿਹੜੀ ਬਾਕੀ ਜਗ੍ਹਾ ਸੀ ਉੱਥੇ ਮੰਦਰ ਗੁਰਦੁਆਰੇ ਦੇ ਲਈ ਇਹਨਾਂ ਨੇ ਉੱਥੋਂ ਦੇ ਲੋਕਾਂ ਨੂੰ ਬਣਾ ਦਿੱਤਾ, ਧਰਮਸ਼ਾਲਾ ਵਗੈਰਾ ਪਤਾ ਨਹੀਂ ਕੀ ਕੁਛ ਸੀਗਾ ਉਸ ਵੇਲੇ। ਅਸੀਂ ਐਗਜੀਕਿਊਸ਼ਨ ਪਾਈ, ਐਗਜੀਕਿਊਸ਼ਨ ਦੇ ਵਿੱਚ ਇਹ ਇਹਨਾਂ ਨੇ ਆਹ ਕਰਤਾ ਮੰਦਰ ਆਪਣੇ, ਜਦੋਂ ਸਕੂਲ ਦੀ ਕੰਸਟਰਕਸ਼ਨ ਚੱਲਦੀ ਸੀਗੀ ਨਿਊ ਆਪਣੇ ਕੀ ਕਹਿੰਦੇ ਆ ਲੈਂਟਰ ਪਾਉਂਦੇ ਪਏ ਸੀ, ਉਹ ਜਥੇਦਾਰ ਤੋਤਾ ਸਿੰਘ ਨੂੰ ਮੈਂ ਅਤੇ ਨਾਲ ਅਸੀਂ 4-5 ਹੋਰ ਬੰਦਿਆਂ ਨਾਲ ਗਏ ਸੀ, ਪਰ ਉੱਥੇ ਉਹਨਾਂ ਨੇ ਜਥੇਦਾਰ ਨੇ ਸਾਨੂੰ ਬਹੁਤ ਗਲਤ ਵਰਡ ਯੂਜ਼ ਕੀਤੇ ਵੀ ਤੁਹਾਡੀਆਂ 10 ਵੋਟਾਂ ਪਿੱਛੇ ਮੈਂ ਇੰਨੀਆਂ 300 ਵੋਟ ਨਹੀਂ ਖਰਾਬ ਕਰਨੀ, ਜਾਂ ਉਹ ਭੱਜੋ ਤੁਸੀਂ ਫਿਰ ਦੇਖਾਂਗੇ ਇਲੈਕਸ਼ਨਾਂ ਤੋਂ ਬਾਅਦ ਕਰਾਂਗੇ। ਉਹਨਾਂ ਦਿਨਾਂ ਦੇ ਵਿੱਚ ਹੀ ਫਿਰ ਇਹਨਾਂ ਨੇ ਉੱਥੇ ਸਕੂਲ ਕੰਸਟਰਕਟ ਕਰ ਲਿਆ। ਅਸੀਂ ਹਾਈਕੋਰਟ ਗਏ ਸੀਗੇ, ਅਤੇ ਹਾਈਕੋਰਟ ਜੱਜ ਸਾਹਿਬ ਨੇ, ਜਸਟਿਸ ਜਸਵੀਰ ਸਿੰਘ, ਉਹਨਾਂ ਨੇ ਕਿਹਾ ਵੀ ਤੁਸੀਂ ਐਗਜੀਕਿਊਟਿੰਗ ਕੋਰਟ 'ਚ ਦਰਖਾਸਤ ਦਿਓ। ਅਸੀਂ ਐਗਜੀਕਿਊਟਿੰਗ ਕੋਰਟ ਦੇ ਵਿੱਚ ਦਰਖਾਸਤ ਦਿੱਤੀ। ਉਦੋਂ ਬਾਅਦ ਫਿਰ ਕਾਫੀ ਟ੍ਰੈਜਡੀਜ਼ ਹੋਈਆਂ, ਮੇਰੇ ਫਾਦਰ ਦੀ ਡੈਥ ਹੋ ਗਈ, ਮੇਰੇ ਫਿਰ ਬ੍ਰਦਰ ਦੀ ਡੈਥ ਹੋ ਗਈ। ਅੱਜ ਦਾ ਕਬਜ਼ਾ, ਅੱਜ ਅਸੀਂ ਗੁਰਦੁਆਰੇ ਦਾ ਕਬਜ਼ਾ ਜੀ ਆਪਣੇ ਲੈਣ ਆਏ ਹਾਂ ਮਾਨਯੋਗ ਕੋਰਟ ਦੇ ਹੁਕਮਾਂ ਦੇ ਮੁਤਾਬਕ, ਅਤੇ ਇਹਦੇ ਵਿੱਚ ਅੱਜ ਸਤਿਕਾਰ ਕਮੇਟੀ ਹੈ ਜੀ, ਕਿਉਂਕਿ ਬਾਬਾ ਜੀ ਦੀ ਬੀੜ ਲੈ ਕੇ ਜਾਣ ਦੇ ਲਈ ਲੈ ਕੇ ਜਾਣੀ ਸੀ, ਇਸ ਕਰਕੇ ਸਾਰਿਆਂ ਨੇ ਅੰਦਰ ਆ ਬੈਠ ਕੇ ਮੀਟਿੰਗ ਕੀਤੀ ਹੈ। ਉਹਦੇ ਵਿੱਚ ਇਹ ਡਿਸਾਈਡ ਹੋਇਆ ਵੀ ਥੋੜ੍ਹਾ ਟਾਈਮ ਉਹਨਾਂ ਨੇ ਮੰਗਿਆ ਵਾ, ਕਮੇਟੀ ਜਿਹੜੀ ਇੱਥੋਂ ਦੀ ਹੈ ਉਹਦਾ ਕੁਝ ਮੈਂਬਰ ਹਜ਼ੂਰ ਸਾਹਿਬ ਗਏ ਹੋਏ ਆ, ਅਤੇ ਜਦੋਂ ਆਉਣਗੇ ਉਦੋਂ ਬਾਅਦ ਕਹਿੰਦੇ ਅਸੀਂ ਕਰਕੇ ਅਤੇ ਲੈ ਜਾਵਾਂਗੇ। ਸਰਕਾਰ ਕਮੇਟੀ ਵਾਲਿਆਂ ਨੇ ਕਿਹਾ ਵੀ ਉਹ ਕਮੇਟੀ ਦੇ ਸਾਈਨ ਹੋਣੇ ਜ਼ਰੂਰੀ ਹੈ, ਕਮੇਟੀ ਦੀ ਪ੍ਰਵਾਨਗੀ ਤੋਂ ਬਗੈਰ ਅਸੀਂ ਲੈ ਕੇ ਨਹੀਂ ਜਾ ਸਕਦੇ, ਅਤੇ ਇਸ ਕਰਕੇ ਹੁਣ ਬੈਲਫ ਅਤੇ ਤਹਿਸੀਲਦਾਰ ਸਾਹਿਬ ਉਹਨਾਂ ਨੇ ਸਾਰਿਆਂ ਨੇ ਸਲਾਹ ਕਰਕੇ ਅਤੇ ਇਹਨਾਂ ਨੇ ਅੰਦਰ ਕੀ ਕੀਤਾ ਵਾ ਇਹਨਾਂ ਨੂੰ ਪਤਾ ਵਾ, ਅਤੇ ਮੈਨੂੰ ਉਹਨਾਂ ਨੇ ਕਿਹਾ ਵੀ ਟਾਈਮ ਥੋੜ੍ਹਾ ਜਿਹਾ ਚਾਹੀਦਾ, ਮੈਂ ਕਿਹਾ ਜਿਵੇਂ ਸਾਰੇ ਆਪਣੇ ਸਾਰਿਆਂ ਨੂੰ ਮਨਜ਼ੂਰ ਹੋਵੇ ਮੈਨੂੰ ਕੋਈ, ਪਰ ਕੋਰਟ ਦੀ ਡਿਗਰੀ ਆ ਜਿਹੜੀ ਉਹ ਐਗਜੀਕਿਊਟ ਹੋਣੀ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਦਾ ਗਲਤ ਬੰਦੇ ਕਿਸੇ ਦੇ ਘਰ 'ਤੇ ਮੰਦਰ ਗੁਰਦੁਆਰਾ ਬਣਾ ਕੇ ਕਬਜ਼ਾ ਕਰਕੇ ਅਤੇ ਫਿਰ ਕੋਰਟ ਦੇ ਰਹੀ ਹਾਂ, ਇਸ ਤਰ੍ਹਾਂ ਮੈਨੂੰ ਕਹਿੰਦੇ ਤੁਸੀਂ ਦਾਨ ਦੇ ਦਿਓ, ਮੈਂ ਕਿਹਾ ਜੇ ਧੱਕੇ ਨਾਲ ਕਰਤਾ ਕੰਮ ਮੈਂ ਨਹੀਂ, ਜੇ ਪਿਆਰ ਨਾਲ ਸਾਡੇ ਨਾਲ ਕੀਤਾ ਹੁੰਦਾ ਅਸੀਂ ਆਪਦੇ ਵੱਲੋਂ ਹੀ ਕੁਛ ਨਾ ਕੁਛ ਕਰਦੇ।
मेरे बजुर्गों नाल इन्होंने धक्का किया उस वेले इस करके इस तरह गलत गेज पै जाती है जी कि यह तोड़नी चाहिए है इस करके मैं ये डिक्री जरूर करवाना चाहता जी कि होगी अज दस सकते नहीं नहीं सेंट्रल गौरमेंट की सेंट्रल गौरमेंट की मालकी नहीं साड़ी आप दी पहले जद्दी जगह सी साडा घर आपका जद्दी है जगह बाजार से साड़ी जद्दी जगह सी इसे क्लेस दे विच साड़ी वह जगह विकी करोड़ों की जगह सी जिहड़ी बाजार दे मेन बाजार सी फौजी जलेबियां वाले पिछले पासे जाने के इस एग्जीक्यूशन इस केस के करके साडा घर तबाह हो गया वै इन्हां लोकां ने कोई नहीं साडे पिता रहम किया साडे घर दे ते नहीं रहम किया एडमिनिस्ट्रेशन ने नहीं कोई साथ दिता एजुकेशन मिनिस्टर ने साडे ते उदों उस वेले ते बीजेपी दे कुछ लीडर सी उन्होंने भी साडा साथ नहीं दिता ईवन ये भी उस वेले मेरे फादर बीजेपी के प्रधान भी सीगे मोगे दे ते फिर भी कोई बीजेपी वाले ने नहीं साथ दिता ना अकाली दल का भी उन्हों का आपस तालमेल से सारे जिमें कोई मेरे फादर ने बहुत धक्का हूँ यह भी सा